ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜੀ ਹਾਂ, ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਕੋਲ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੋਨਾ ਖੋ ਕੇ ਦੋ ਅਣਪਛਾਤੇ ਲੁਟੇਰੇ ਜਿਹੜੇ ਆ ਉਹ ਫਰਾਰ ਹੋ ਜਾਂਦੇ ਆ। ਸ਼ਰੇਆਮ ਬਾਜ਼ਾਰ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਹੁਣ ਆਸ ਪਾਸ ਬਾਜ਼ਾਰ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕਿ ਸੇਫਟੀ ਆਖਿਰਕਾਰ ਕਿੱਥੇ ਹੈ। ਜੇਕਰ ਰਾਹ ਜਾਂਦੇ ਬੰਦੇ ਦੇ ਕੋਲੋਂ ਇਸ ਤਰੀਕੇ ਦੇ ਨਾਲ ਸੋਨਾ ਖੋ ਸਕਦੇ ਨੇ ਤਾਂ ਸਾਡੀ ਫਿਰ ਸੇਫਟੀ ਕਿੱਥੇ ਗਈ ਹੈ। ਦੱਸ ਦਈਏ ਕਿ ਦੋ ਭਰਾ ਸੀ ਜਿਹੜੇ ਕੋਰੀਅਰ ਦਾ ਕੰਮ ਕਰਦੇ ਸੀਗੇ। ਦਰਅਸਲ ਉਹਨਾਂ ਦਾ ਲੈਣ ਦੇਣ ਜਿਹੜਾ ਉਹ ਸੁਨਿਆਰਿਆਂ ਦੇ ਨਾਲ ਸੀਗਾ, ਗਾਹਕਾਂ ਤੋਂ ਸੋਨਾ ਲੈ ਕੇ, ਅਤੇ ਉਹ ਇੰਪੋਰਟ ਐਕਸਪੋਰਟ ਦਾ ਕੰਮ ਕਰਦੇ ਸੀ, ਯਾਨੀ ਕਿ ਕੋਰੀਅਰ ਕਰਦੇ ਸੀਗੇ ਸੋਨਾ, ਔਰ ਗਾਹਕਾਂ ਤੋਂ ਸੋਨਾ ਇਕੱਠਾ ਕਰਕੇ ਉਹਨਾਂ ਨੇ ਕੋਰੀਅਰ ਪੈਕ ਕੀਤਾ। ਔਰ ਜਦੋਂ ਆ ਰਹੇ ਸੀ ਰਸਤੇ ਦੇ ਵਿੱਚ ਤਾਂ ਉਹਨਾਂ ਨੂੰ ਦੋ ਅਣਪਛਾਤੇ ਲੁਟੇਰਿਆਂ ਨੇ ਘੇਰਿਆ, ਔਰ ਘੇਰ ਕੇ ਉਹਨਾਂ ਦੇ ਕੋਲੋਂ ਜਿਹੜਾ ਸਮਾਨ ਸੀ, ਜਿਹੜਾ ਸੋਨਾ ਉਹਨਾਂ ਨੇ ਪੈਕ ਕੀਤਾ ਹੋਇਆ ਸੀ, ਉਹ ਦਰਅਸਲ ਸੋਨਾ ਜਿਹੜਾ ਆ ਉਹਨਾਂ ਦੇ ਕੋਲੋਂ ਖੋਰਿਆ ਜਾਂਦਾ ਹੈ। ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦੇਖ ਹੀ ਸਕਦੇ ਹੋ ਕਿ ਕਿਵੇਂ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਨੇ। ਹੁਣ ਤਾਂ ਸ਼ਰੇਆਮ ਬਾਜ਼ਾਰਾਂ ਦੇ ਵਿੱਚ ਵੀ ਇਹ ਲੁੱਟਾਂ ਖੋਹਾਂ ਹੋਣ ਲੱਗ ਪਈਆਂ ਨੇ। ਹੁਣ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਉਹ ਤੈਨਾਤ ਕੀਤੀਆਂ ਗਈਆਂ ਨੇ। ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਸ਼ਰੇਆਮ ਬਾਜ਼ਾਰ ਦੇ ਵਿੱਚ ਅਜਿਹੀ ਘਟਨਾ ਵਾਪਰ ਜਾਣੀ, ਸੋਨਾ ਜਿਹੜਾ ਆ ਉਹ ਖੋਹ ਲਿਆ ਜਾਣਾ। ਦੋ ਭਰਾ ਦਰਅਸਲ ਕੋਰੀਅਰ ਦਾ ਕੰਮ ਕਰਦੇ ਸੀ, ਜਿਨ੍ਹਾਂ ਦੇ ਕੋਲੋਂ ਇਹ ਸੋਨਾ ਜਿਹੜਾ ਆ ਉਹ ਖੋਇਆ ਗਿਆ। ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਹਾਲਾਂਕਿ ਹੁਣ ਸੋਨਾ ਕਿੰਨਾ ਸੀ, ਆਖਿਰਕਾਰ ਉਹ ਖੋਣ ਵਾਲੇ ਬੰਦੇ ਕੌਣ ਸੀ, ਉਹਨਾਂ ਨੂੰ ਕਿਵੇਂ ਪਤਾ ਸੀਗਾ ਕਿ ਇਹ ਕੋਰੀਅਰ ਦਾ ਕੰਮ ਕਰਦੇ ਆ, ਇਹਨਾਂ ਦੇ ਕੋਲ ਸੋਨਾ ਹੁੰਦਾ ਹੈ, ਇਹਨਾਂ ਨੇ ਇੱਥੇ ਜਾਣਾ ਸੀ, ਔਰ ਪਹਿਲਾਂ ਕੋਈ ਰੇਕੀ ਵਗੈਰਾ ਤਾਂ ਨਹੀਂ ਕੀਤੀ ਗਈ, ਇਹ ਵੀ ਹੁਣ ਸਵਾਲ ਜਿਹੜੇ ਉਹ ਖੜੇ ਹੋ ਰਹੇ ਆ। ਤਾਂ ਤਮਾਮ ਪਹਿਲੂਆਂ 'ਤੇ ਜਾਂਚ ਕੀਤੀ ਜਾਣੀ ਹੈ। ਸ਼੍ਰੀ ਦਰਬਾਰ ਸਾਹਿਬ ਦੇ ਕੋਲ ਬਿਲਕੁਲ ਇਹ ਵਾਰਦਾਤ ਵਾਪਰੀ ਹੈ, ਜਿੱਥੇ ਦੋ ਲੁਟੇਰਿਆਂ ਦੇ ਵੱਲੋਂ ਕੋਰੀਅਰ ਦਾ ਕੰਮ ਕਰਨ ਵਾਲੇ ਬੰਦਿਆਂ ਤੋਂ ਸੋਨਾ ਜਿਹੜਾ ਆ ਉਹ ਖੋਹ ਲਿਆ ਗਿਆ ਹੈ। ਦਰਅਸਲ ਉਹ ਸੋਨਾ ਬਾਹਰ ਭੇਜਿਆ ਜਾਂਦਾ ਸੀ, ਐਕਸਪੋਰਟ ਕੀਤਾ ਜਾਂਦਾ ਸੀਗਾ, ਲੋਕਾਂ ਦਾ ਸੋਨਾ ਸੀ, ਲੋਕ ਦਿੰਦੇ ਆ, ਅਤੇ ਉਹਨਾਂ ਨੂੰ ਕੋਰੀਅਰ ਰਾਹੀਂ ਇਹ ਬੰਦੇ ਜਿਹੜੇ ਭੇਜਦੇ ਸੀ, ਜਿਨ੍ਹਾਂ ਦੇ ਕੋਲੋਂ ਸੋਨਾ ਜਿਹੜਾ ਖੋਹਿਆ ਗਿਆ। ਵਧੇਰੇ ਜਾਣਕਾਰੀ ਤਾਂ ਨਹੀਂ, ਪੁਲਿਸ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਕਿ ਆਖਿਰਕਾਰ ਇਹ ਪੂਰਾ ਮਾਮਲਾ ਕੀ ਹੈ, ਕਿਵੇਂ ਇਹ ਘਟਨਾ ਜਿਹੜੀ ਹੈ ਉਹ ਵਾਪਰੀ ਹੈ। ਤਾਂ ਪੁਲਿਸ ਨੇ ਵੀ ਕਾਫੀ ਵੱਡੇ ਖੁਲਾਸੇ ਕੀਤੇ ਹੈ। ਹਾਲਾਂਕਿ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਆਸ ਪਾਸ ਦੇ CCTV ਜਿਹੜੇ ਹੈ ਉਹ ਖੰਗਾਲੇ ਜਾ ਰਹੇ ਹੈ ਕਿ ਕੌਣ ਸੀ ਅਣਪਛਾਤੇ ਲੁਟੇਰੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ। ਕਰੀਬ 7 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਮਿਲੀ 7:05-10 'ਤੇ ਕਿ ਇੱਕ ਵਿਅਕਤੀ ਮੁਕੇਸ਼ ਸੈਣੀ, ਜਿਹੜੇ ਦੋ ਭਰਾ ਨੇ ਮੁਕੇਸ਼ ਸੈਣੀ ਅਤੇ ਰੁਪੇਸ਼ ਸੈਣੀ, ਇਹ ਕੋਰੀਅਰ ਦਾ ਕੰਮ ਕਰਦੇ ਨੇ ਇੱਥੇ, ਵੱਖ ਵੱਖ ਸੁਨਿਆਰਿਆਂ ਕੋਲੋਂ, ਲੋਕਾਂ ਕੋਲੋਂ ਸੋਨਾ ਇਕੱਠਾ ਕਰਕੇ ਅਤੇ ਬਾਹਰਲੀ ਸਟੇਟਾਂ ਦੇ ਵਿੱਚ ਪਾਰਸਲ ਭੇਜਦੇ ਨੇ, ਕੋਰੀਅਰ ਦਾ ਕੰਮ ਕਰਦੇ ਨੇ। ਅਤੇ ਇਹਨਾਂ ਨੇ ਦੱਸਿਆ ਕਿ ਇੱਕ ਮੁਕੇਸ਼ ਸੈਣੀ ਜਿਹੜਾ ਉਹ ਲੜਕਾ 5-6 ਗਾਹਕਾਂ ਕੋਲੋਂ ਪਾਰਸਲ ਇਕੱਠੇ ਕਰਕੇ ਇੱਕ ਬੈਗ 'ਚ ਪਾ ਕੇ ਲੈ ਕੇ ਜਾ ਰਿਹਾ ਸੀਗਾ। ਰਸਤੇ ਵਿੱਚ ਦੋ ਨੌਜਵਾਨ ਸੀ ਜਿਹੜੇ ਮੋਟਰਸਾਈਕਲ 'ਤੇ ਸਵਾਰ ਸੀਗੇ, ਉਹਨਾਂ ਨੇ ਇਹਨੂੰ ਧੱਕਾ ਮਾਰ ਕੇ ਤੇਰੇ ਕੋਲੋਂ ਸਮਾਨ ਖੋਹ ਲਿਆ ਅਤੇ ਸਮਾਨ ਖੋ ਕੇ ਲੈ ਗਏ। ਇਸ ਬੰਦੇ ਨੇ ਉਹਨਾਂ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਬੰਦੇ ਚਕਮਾ ਦੇ ਕੇ ਇਹਦੇ ਕੋਲ ਫਰਾਰ ਹੋ ਗਏ। ਜੋ ਇਸ ਸੰਬੰਧ ਵਿੱਚ ਅਸੀਂ ਮਾਨਯੋਗ ਕਮਿਸ਼ਨਰ ਆਫ ਪੁਲਿਸ, ਉਹਨਾਂ ਦੀ ਹਦਾਇਤਾਂ 'ਤੇ ਅਤੇ ਜਿਹੜੇ ADCP ਸਾਡੇ ਵਨ ਨੇ ਸ਼੍ਰੀ ਵਿਸ਼ਾਲ ਜੀ, ਉਹਨਾਂ ਦੀ ਹਦਾਇਤ 'ਤੇ ਅਸੀਂ ਟੀਮਾਂ ਬਣਾਈਆਂ ਨੇ। ਕਰੀਬ ਮੈਂ, ਮੇਰੇ SHO, SHO ਸੀ ਡਿਵੀਜ਼ਨ, SHO ਕੁਤਵਾਲੀ, ACP ਸੈਂਟਰਲ ਵੀ ਨਾਲ, SP ਸਾਹਿਬ ਵੀ ਮੌਕੇ 'ਤੇ ਆਏ ਨੇ। ਇਹ ਸਾਰੀਆਂ ਟੀਮਾਂ ਬਣਾ ਕੇ ਅਸੀਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਕੈਮਰੇ ਖੰਗਾਲ ਰਹੇ ਹਾਂ।
ਤੋਂ ਇਸ ਸੰਬੰਧ ਵਿੱਚ ਮੁਕੱਦਮਾ ਦਰਜ ਕਰ ਦਿੱਤਾ ਗਿਆ, ਫਰਦਰ ਕਾਰਵਾਈ ਅਸੀਂ ਕਰ ਰਹੇ ਹਾਂ। ਸਰ ਗੋਲਡ ਕਿੰਨਾ ਹੈ ਪਤਾ ਲੱਗਾ? ਨਹੀਂ, ਉਹ ਹਾਲੇ ਉਹਨਾਂ ਨੂੰ ਆਪ ਨੂੰ ਖੁਦ ਨਹੀਂ ਪਤਾ ਕਿੰਨਾ ਗੋਲਡ ਸੀਗਾ। ਉਹਨਾਂ ਨੇ ਦੱਸਿਆ ਕਿ 5 ਤੋਂ 6 ਲੋਕਾਂ ਕੋਲ ਲੈ ਕੇ ਆਏ ਸੀਗੇ ਪਾਰਸਲ ਛੋਟੇ ਛੋਟੇ, ਤੋ ਹੁਣ ਕੈਲਕੂਲੇਟ ਕਰਕੇ ਦੱਸਣਗੇ ਸਾਨੂੰ। ਸਰ ਜਿਹੜੇ ਲੋਕ ਲੁੱਟਣ ਆਏ ਸੀ ਉਹ ਕਿੰਨੇ ਲੋਕ ਸੀ ਅਤੇ ਕਿਹੜੀ ਜਗ੍ਹਾ ਤੇ ਪਾਰਸਲ? 2 ਜਣੇ ਲੁੱਟਣ ਲਾਏ ਸੀਗੇ ਅਤੇ ਇਹ ਪਰਾਗਦਾਸ ਚੌਂਕ ਤੋਂ ਜਦੋਂ ਅੱਗੇ ਜਾਓ ਉੱਥੇ ਕਰਕੇ ਇਹ ਹਾਦਸਾ ਹੋਇਆ। ਇਹ ਪੈਦਲ ਸੀ? ਨਹੀਂ, ਜਿਹੜਾ ਮੁਦਈ ਹੈ ਕੰਪਲੇਨੈਂਟ ਹੈ ਇਹ ਵੀ ਇਹ ਐਕਟਿਵਾ ਤਾਂ ਸੀਗਾ ਅਤੇ ਜਿਹੜੇ ਲੁੱਟਣ ਆਏ ਸੀ ਉਹ ਦੋ ਜਣੇ ਮੋਟਰਸਾਈਕਲ 'ਤੇ ਸੀ। ਕੀ ਲੱਗਦਾ ਕਿ ਰੇਕੀ ਕੀਤੀ ਜਾ ਰਹੀ ਸੀ ਪਹਿਲਾਂ ਦੀ? ਕਹਿ ਸਕਦੇ ਹਾਂ ਰੈਕੀ ਹੋ ਸਕਦੀ ਕੀਤੀ ਹੋਵੇ ਉਹਨਾਂ ਨੇ। ਸਰ ਰਿਊਮਰ ਇਹ ਹੈ ਕਿ 3 ਕਿਲੋ ਦੇ ਕਰੀਬ ਗੋਲਡ ਸੀ, ਕੀ ਹੈ? ਨਹੀਂ ਨਹੀਂ, ਸਾਨੂੰ ਨਹੀਂ ਪਤਾ, ਕੋਈ ਰਿਊਮਰ ਨਹੀਂ, ਸਾਨੂੰ ਕਿਸੇ ਨੇ ਕਿਹਾ 3 ਕਿਲੋ, ਸਾਨੂੰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸਾਰਾ ਚੈੱਕ ਕਰਕੇ ਦੇਖ ਕੇ ਦੱਸਾਂਗੇ ਤੁਹਾਨੂੰ। ਸੀ ਸੀ ਟੀ ਵੀ ਸਾਹਮਣੇ ਆਈ? ਹਾਂ ਚੱਲ ਰਹੀ ਹੈ ਜੀ, ਸੀ ਸੀ ਟੀ ਵੀ ਕੈਮਰੇ 'ਚ ਕਾਫੀ ਦੇਖੇ ਆਪਾਂ, ਫੁਟੇਜ ਆਈ ਸਾਨੂੰ, ਅਸੀਂ ਉਹ 'ਤੇ ਕੰਮ ਕਰ ਰਹੇ ਹਾਂ।